ਗੱਲ ਸੁਣ ਪਹਿਲਾਂ ਡਾਕਟਰ ਨੂੰ ਆਰਾਮ ਨਾਲ ਬੋਲਣ ਦੇ ਸਾਥ ਓਏ ਚੋਰ ਓਏ ਚੋਰ ਦੇ ਬੱਚੇ ਚੋਰ ਵੀ ਦੱਸੋ ਨੇ ਮਸੀਹ ਮੇਂ ਆਪਕੀ ਸਲਾਮਤੀ ਹੋ ਮੇਰਾ ਨਾਮ ਅਦਨਾਨ ਆਰਿਫ ਜਹਾਂਗੀਰ ਹੈ ਔਰ ਮੇਰਾ ਤਾਲੁਕ ਕੋਟਾ ਬਲੋਚਿਸਤਾਨ ਸੇ ਹੈ ਮੈਂ ਮਸੀਹ ਅਮਲਾਕ ਬਚਾਓ ਤਹਿਰੀਕ ਪਾਕਿਸਤਾਨ ਕਾ ਬਾਨੀ ਮੈਂਬਰ ਹੂੰ ਔਰ ਹਮੇ ਆਜ ਇੱਕ ਹੈਬਤਨਾਕ ਖਬਰ ਮੌਸੂਲ ਹੋਈ ਹੈ ਕਿ ਪਿਸ਼ਾਵਰ ਕੀ ਚਰਚ ਬਾਉਂਡਰੀ ਵਾਲ ਕੀ ਪ੍ਰਾਪਰਟੀ ਮੇਂ ਕੁਛ ਹਿੱਸਾ ਜੋ ਹੈ ਨਾ ਕਿਸੀ ਰੈਸਟੋਰੈਂਟ ਕੋ ਪਾਰਕਿੰਗ ਕੇ ਲੀਏ ਦੀਆ ਜਾ ਰਹਾ ਹੈ ਮਸੀਹ ਅਮਲਾਕ ਬਚਾਓ ਤਹਿਰੀਕ ਕੇ ਇਸ ਪਲੇਟਫਾਰਮ ਸੇ ਹਮੇ ਇਸ ਸਾਰੇ ਮਾਮਲੇ ਮੇਂ ਮੋਹਤਰਮ ਜਨਾਬ ਬਿਸ਼ਪ ਸਰਫਰਾਜ਼ ਹੈਂਫਰੀ ਪੀਟਰ ਸਾਹਿਬ ਕੀ ਮਰਜ਼ੀ ਔਰ ਇਜਾਜ਼ਤ ਕੀ ਦਿਖਾਈ ਦੇ ਰਹੀ ਹੈ ਹਮ ਮਸੀਹ ਕਮਿਊਨਿਟੀ ਹੋਤੇ ਹੋਏ ਹਮ ਜਨਾਬ ਮੋਹਤਰਮ ਜਨਾਬ ਸਰਫਰਾਜ਼ ਹੈਂਫਰੀ ਪੀਟਰ ਸਾਹਿਬ ਸੇ ਦਰਿਆਫਤ ਕਰਨੇ ਪਰ ਹੱਕ ਪਰ ਜਾਣੇ ਹੈ ਕਿ ਚਰਚ ਪ੍ਰਾਪਰਟੀ ਫਰੋਖਤ ਕਰਨੇ ਸੇ ਕਮਿਊਨਿਟੀ ਕੋ ਕਿਆ ਫਾਇਦਾ ਪਹੁੰਚ ਸਕਤਾ ਹੈ ਮੋਹਤਰਮ ਬਿਸ਼ਪ ਸਾਹਿਬ ਬੇਸ਼ੱਕ ਚਰਚ ਪ੍ਰਾਪਰਟੀ ਆਜ ਕਿਸੇ ਇਸਤੇਮਾਲ ਮੇਂ ਨਹੀਂ ਹੈ ਲੇਕਿਨ ਕੱਲ ਇਸ ਕਮਿਊਨਿਟੀ ਕੋ ਜ਼ਰੂਰਤ ਪੜ ਸਕਤੀ ਹੈ ਔਰ ਹਮੇ ਹਮਾਰੇ ਪਾਸ ਐਸੇ ਅਸਾਸੇ ਨਹੀਂ ਹੋਗੇ ਤੋ ਹਮਾਰੇ ਆਉਣ ਵਾਲੇ ਨਸਲੇ ਆਪਣੇ ਪਾਓਂ ਪਰ ਕਿਹਾਂ ਸੇ ਖੜੀ ਰਹਿ ਸਕੇਗੀ ਮੋਹਤਰਮ ਜਨਾਬ ਬਿਸ਼ਪ ਸਾਹਿਬ ਆਪਣੇ ਡੋਮਿਜਰੀ ਲੈਟਰ ਕੇ ਜ਼ਰੀਏ ਇੰਗਲੈਂਡ ਕੀ ਇੰਗਲੈਂਡ ਮੇਂ ਆਪਣੀ ਆਰਡੀਨੇਸ਼ਨ ਕਰਵਾਈ ਥੀ ਇਸ ਵਕਤ ਆਪਕੀ ਜਾਨ ਕੋ ਖਤਰਾ ਥਾ ਔਰ ਆਪਨੇ ਵਹਾਂ ਪਰ ਯੇ ਸਟਾਂਸ ਲਿਆ ਥਾ ਕਿ ਮੈਂ ਪਾਕਿਸਤਾਨ ਮੇਂ ਇਸ ਲਈ ਬਿਸ਼ਪ ਕਾ ਜੋ ਅਹੁਦਾ ਨਹੀਂ ਆਰਡੀਨੇਸ਼ਨ ਨਹੀਂ ਲੈ ਸਕਤਾ ਕਿ ਮੇਰੀ ਜਾਨ ਕੋ ਖਤਰਾ ਹੈ ਲੇਕਿਨ ਆਪ ਵਾਪਸ ਆ ਕਰ ਬਿਸ਼ਪ ਬਣਨੇ ਕੇ ਬਾਅਦ ਵਾਪਸ ਆ ਕਰ 15 ਸਾਲ ਤੱਕ ਆਪ ਯਹਾਂ ਪਰ ਜੋ ਹੈ ਹੁਕਮਰਾਨੀ ਕਰਤੇ ਰਹੇ ਔਰ ਬਿਸ਼ਪ ਕੇ ਇਸ ਮਨਸਬ ਕੋ ਆਪ ਇੰਜੋਏ ਕਰਤੇ ਰਹੇ ਹੈ ਹਮਾਰਾ ਆਪਸੇ ਸਵਾਲ ਹੈ ਕਿਆ ਆਜ ਆਪਕੀ ਜ਼ਾਤ ਕੋ ਕੋਈ ਖਤਰਾ ਨਹੀਂ ਹੈ ਪਾਕਿਸਤਾਨ ਕੇ ਇਸ ਸਾਰੇ ਮਾਹੌਲ ਮੇਂ ਔਰ ਆਪ ਜੋ ਹੈ ਪਾਕਿਸਤਾਨ ਕੋ ਬਦਨਾਮ ਕਰਕੇ ਆਪ ਕਿਆ ਹਾਸਿਲ ਕਰਨਾ ਚਾਹ ਰਹੇ ਥੇ ਤੋ ਮੇਰੀ ਆਪਸੇ ਦਰਖਾਸਤ ਹੈ ਕਿ ਆਪ ਇਸ ਪੇ ਆਪਣਾ ਸਟਾਂਸ ਜੋ ਹੈ ਨਾ ਆਜ਼ਾਦ ਹੈ ਦੂਸਰੀ ਬਾਤ ਇਹ ਹੈ ਕਿ ਆਪ ਪਰ ਜੋ ਮਰਦਾਨ ਕੇ ਬਿਸ਼ਪ ਸਾਹਿਬ ਹੈ ਉਹਨੇ ਕੇਸ ਲਗਾਇਆ ਥਾ ਕਿ ਆਪ ਬਿਸ਼ਪ ਕੇ ਮਨਸਬ ਪੇ ਫਾਇਜ਼ ਹੋ ਹੀ ਨਹੀਂ ਸਕਤੇ ਕਿਉਂਕਿ ਆਪ ਉਸਕੇ ਡੈਕਰਮ ਕੋ ਫੁਲਫਿਲ ਨਹੀਂ ਕਰਦੇ ਉਸਕੇ ਲੀਏ 15 ਸਾਲ ਖਿਦਮਾਤ ਹੋਣਾ ਜ਼ਰੂਰੀ ਹੈ ਔਰ ਵੀ ਜੋ ਲਵਾਜ਼ਮਾਤ ਹੈ ਚਸ਼ੋ ਪਾਕਿਸਤਾਨ ਕੇ ਡੈਕਰਮ ਕੇ ਹਵਾਲੇ ਸੇ ਤੋ ਆਪ ਉਸਕੋ ਫੁਲਫਿਲ ਨਹੀਂ ਕਰਦੇ ਲੇਕਿਨ ਆਪ ਮਤਲਬ ਚੰਦ ਮਤਨਾਜ਼ਾ ਬਿਸ਼ਪ ਸਾਹਿਬਾਨ ਕੀ ਮਰਜ਼ੀ ਕੀ ਵਜ੍ਹਾ ਸੇ ਆਪ ਜੋ ਵਹਾਂ ਪਰ ਬਿਸ਼ਪ ਕੇ ਮਨਸਬ ਪਰ ਫਾਇਜ਼ ਹੋ ਗਏ ਔਰ ਉਨਕੀ ਮਰਜ਼ੀ ਜੋ ਹੈ ਨਾ ਵਹਾਂ ਪੂਰੀ ਹੋ ਗਈ ਤੋ ਹਮ ਇਸ ਚਰਚ ਪ੍ਰਾਪਰਟੀ ਕੋ ਲੇਕਰ ਬਹੁਤ ਸੀਰੀਅਸ ਹੈ ਔਰ ਆਪਣਾ ਜੋ ਹੈ ਐਪਰੀਹੈਂਸ਼ਨ ਤਮਾਮ ਇਦਾਰੋ ਕੇ ਸਾਹਮਣੇ ਰੱਖਣਾ ਚਾਹਤੇ ਹੈ ਔਰ ਇਸ ਸਾਰੇ ਮਾਮਲੇ ਕੋ ਰੱਖਣਾ ਚਾਹਤੇ ਹੈ ਔਰ ਹਮ ਇਸਤਦਾ ਕਰਤੇ ਹੈ ਜੋ ਜਨਾਬ ਸ਼ੇਬ ਸਰਦਰ ਸਾਹਿਬ ਸੇ ਜੋ ਵਨ ਮੈਨ ਕਮਿਸ਼ਨ ਕੇ ਚੇਅਰਮੈਨ ਹੈ ਡਾਕਟਰ ਸ਼ੇਬ ਸਰਦਰ ਸਾਹਿਬ ਸੇ ਔਰ ਕਾਸਿਮ ਖਾਨ ਸਾਹਿਬ ਸੇ ਕਿ ਉਹ ਇਸ ਕੋ ਲੁਕ ਆਫਟਰ ਕਰੇ ਔਰ ਇੱਕ ਜਾਮਿਆ ਹੱਲ ਇਸ ਕਾ ਦੇ ਕਿ ਹਮਾਰੇ ਨਾ ਤੋ ਹਮਾਰੇ ਬਿਸ਼ਪ ਸਾਹਿਬਾਨ ਨੇ ਇਸ ਤਰ੍ਹਾਂ ਕੇ ਅਰਕਾਤ ਸੇ ਮਨਾ ਹੋਣਾ ਹੈ ਹਮ ਬਲੋਚਿਸਤਾਨ ਕਾ ਆਪਕੋ ਛੋਟੀ ਸੀ ਸਟੋਰੀ ਬਤਾਏਂਗੇ ਕਿ ਕਭੀ LTDA ਕੇ ਨਾਮ ਸੇ ਕਭੀ CMTA ਕੇ ਨਾਮ ਸੇ ਡਾਇਸਿਸ ਆਫ ਕਰਾਚੀ ਡਾਇਸਿਸ ਆਫ ਲਾਹੌਰ ਯਹਾਂ ਪਰ ਬੇਸ਼ਬਹਾ ਪ੍ਰਾਪਰਟੀਜ਼ ਵੇਚ ਕੇ ਜਿਸ ਬਾਬਤ ਹਮਨੇ ਆਪਕੋ ਐਪਲੀਕੇਸ਼ਨ ਵੀ ਦੀ ਹੋਈ ਹੈ ਹਮਾਰੀ ਆਪਸੇ ਰਿਕੁਐਸਟ ਹੈ ਕਿ ਇਸ ਕਾ ਸਦਭਾਵ ਹੋ ਸਕੇ ਤੋ ਆਪਸੇ ਬਿਸ਼ਪ ਸਾਹਿਬ ਯੇ ਹੱਥ ਜੋੜ ਕਰ ਬਿਨਤੀ ਹੈ ਹਮਾਰੀ ਕਿ ਆਪ ਹਮਾਰੀ ਪ੍ਰਾਪਰਟੀਜ਼ ਕੋ ਬਖਸ਼ ਦੇ ਆਪਕੇ 6 ਮਾਹ ਰਹਿ ਗਏ ਹੈ ਆਪ 6 ਮਾਹ ਇੱਜ਼ਤ ਸੇ ਗੁਜ਼ਾਰੇ ਔਰ ਇਸ ਕਮਿਊਨਿਟੀ ਪਰ ਇਸ ਕਲੀਸਿਆ ਪਰ ਰਹਿਮ ਕਰੇ ਸ਼ੁਕਰੀਆ